पंजाब विधानसभा की तरह अब मोहाली नगर निगम की हाउस भी पेपरलेस हो जाएगी। हाउस मीटिंग में डिजिटल एमसी हाउस की शुरुआत की गई। 6 महीने बाद वीरवार को हुई मोहाली नगर निगम की हाउस मीटिंग काफी हंगामेदार रही। बैठक में विपक्षी पार्षदों की शहर की खस्ता हाल सफाई व्यवस्था से लेकर विकास में भेदभाव के मुद्दों को लेकर नगर निगम के मेयर अमरजीत सिंह जीती सिद्धू से तीखी नोकझोंक हुई। इस हंगामे के बीच बैठक में सभी प्रस्ताव सर्वसम्मति से पास कर दिए गए। बिल्कुल जी, जी सब तो बड़ी गल ये है मोहाली कारपोरेशन है, मोहाली शहर है, तो वैसे ही पंजाब का नंबर वन शहर है और इसकी कारपोरेशन के बीच जो पेपर वर्क होता सीगा तो बिल्कुल अगली मीटिंग तक जीरो कर देंगे। हर चीज, हर काम, हर जी फाइल पास होनी है वो ऑनलाइन पास होगी। कोई मतलब एजेंडा भी निकलेगा ऑनलाइन निकलेगा, कोई मतलब जो भी वर्किंग कारपोरेशन की है वो ऑनलाइन होगी, कोई कागजा के काम नहीं होगा। सब तो बड़ी गल यह है पहला जी सफाई थी अभी मैनुअल करते थे, हम सफाई मशीन आ चुकिया ने, अभी मतलब स्वीपिंग शुरू कर चुके हैं, वह हम डे बाय डे सुधार होने लगे। पर मेरा ख्याल है भी अभी 15 दिन के बीच बिल्कुल लाइन अप कर लेंगे ਜੀ ਸਾਫ ਸੁਥਰਾ ਸਾਹਿਬ ਤੋਂ ਦਿਖੂ ਜੀ ਸਾਹਿਬ ਸੁਖਦੇਵ ਸਿੰਘ ਪਟਵਾਰੀ ਨੇ ਉਹਨਾਂ ਨੂੰ ਫੋਟੋ ਖਿਚਾਉਣ ਦਾ ਮਤਲਬ ਹੁੰਦਾ ਆਪਣਾ, ਇਹ ਫੋਟੋ ਖਿਚਾਉਣੀ ਚਾਹੁੰਦੇ ਹੁੰਦੇ ਆ। ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਇਹ ਪਤਾ ਲਾਸਟ ਮੀਟਿੰਗ ਕਦੋਂ ਹੋਈ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਲਾਸਟ ਮੀਟਿੰਗ ਨਹੀਂ ਹੋਈ ਸੀ, ਉਹ ਮਾਰਚ ਮਹੀਨੇ ਦੇ ਪਹਿਲੀਆਂ ਤਰੀਕਾਂ 'ਚ ਹੋਈ ਸੀ। 12-13 ਨੂੰ ਚੋਣ ਜਾਬਤਾ ਲੱਗ ਗਿਆ ਸੀਗਾ, 3 ਮਹੀਨੇ ਚੋਣ ਜਾਬਤਾ ਲੱਗਿਆ ਰਿਹਾ। ਉਸ ਤੋਂ ਬਾਅਦ ਜਦੋਂ ਚੋਣ ਜਾਬਤਾ ਖਤਮ ਹੋਇਆ ਮੈਂ ਟਾਈਮ ਟੂ ਟਾਈਮ ਲੈਟਰਾਂ ਕਰਦਾ ਰਿਹਾ ਕਿ ਜੀ ਫਾਈਲਾਂ ਲੈ ਕੇ ਆਓ, ਆਪਾਂ ਮੀਟਿੰਗ ਰੱਖਣੀ ਹੈ। ਮੀਟਿੰਗ ਕੁਛ ਕਾਰਨਾਂ ਕਰਕੇ ਇੰਜਨ ਦੀ ਪ੍ਰੋਬਲਮ ਆ ਗਈ, ਸਾਡੇ ਅਫਸਰ ਸਾਹਿਬਾਂ ਸਾਰੇ ਪੰਜਾਬ ਦੇ ਵੀ ਡਿਊਟੀਆਂ ਲੱਗ ਗਈਆਂ, ਇਸ ਕਰਕੇ ਮੀਟਿੰਗ ਨਹੀਂ ਤੋੜੀ ਜੀ, ਉਹ ਹੋਈ ਹੈ। ਅਦਰਵਾਈਜ਼ ਦੀਆਂ ਮੀਟਿੰਗਾਂ ਹੀ ਟਾਈਮ ਟਾਈਮ ਕਰਦੇ ਰਹਿੰਦੇ ਹਾਂ, ਕੋਈ ਫਾਈਲ ਪੈਂਡਿੰਗ ਨਹੀਂ ਹੈਗੀ, ਕੋਈ ਕੰਮ ਪੈਂਡਿੰਗ ਨਹੀਂ ਹੈਗਾ, ਜਦੋਂ ਸਾਨੂੰ ਲੋੜ ਆ ਤੁਸੀਂ ਮੀਟਿੰਗ ਦਾ। ਠੀਕ ਹੈ, ਜਿਹੜਾ ਬੰਦਾ ਪਬਲਿਕ ਨੂੰ ਦਾ ਨੁਮਾਇੰਦਾ ਉਹਨੇ ਲੋਕਾਂ ਨੂੰ ਸੁਣਨੀ ਹੁੰਦੀ ਹੈ, ਉੱਥੇ ਮੁਸ਼ਕਿਲ ਹੋਣੀ ਹੈ। ਬਟ ਅਸੀਂ ਅੱਗੇ ਪਾਸ ਜਿਹੜਾ ਕੰਮ ਹੈ ਪਬਲਿਕ ਅੱਜ ਕੰਮ ਕਰਦੀ ਸੀਗੀ, ਅਸੀਂ ਕੋਸ਼ਿਸ਼ ਹੈ, ਅਸੀਂ ਮੈਂ ਕਿਹਾ ਅੱਜ ਕਿ ਕਾਰਪੋਰੇਸ਼ਨ ਆਪ ਹੀ ਠੇਕੇਦਾਰਾਂ ਤੋਂ ਕੰਮ ਕਰਵਾਇਆ ਕਰੂਗੀ, ਤੇ ਜ਼ਿੰਮੇਵਾਰੀ ਅਸੀਂ ਵੀ ਆਪ ਲਵਾਂਗੇ। ਹਾਂ, ਜੇਕਰ ਕੋਈ ਜਿਵੇਂ ਕੌਂਸਲਰ ਕੋਈ ਚੁਣਿਆ ਹੋਇਆ ਨੁਮਾਇੰਦਾ ਤੈਨੂੰ ਫੋਨ ਕਰਦਾ, ਵਾਰ ਵਾਰ ਫੋਨ ਕਰਦੇ, ਫੋਨ ਨਹੀਂ ਚੁੱਕਦਾ ਜਾਂ ਗੱਲ ਨਹੀਂ ਸੁਣਦਾ, ਜਾਂ ਉਹ ਇਹ ਕਹਿੰਦਾ ਕਿ ਮੈਨੂੰ ਕਿਸੇ ਨੇ ਮੈਸੇਜ ਆਇਆ ਕਿ ਤੁਸੀਂ ਨਹੀਂ ਸੁਣਵਾਈ ਕਰਨੀ, ਉਹਦੇ ਖਿਲਾਫ਼ ਅਸੀਂ ਕਰਦੇ ਵੀ ਮਸ਼ੀਨਰੀ ਹੈਗੀ ਆ ਕਈ ਜਗ੍ਹਾ, ਐਸਾ ਨਹੀਂ ਕਿ ਐਲਗੀ ਬਰਸਾਤ ਦਾ ਕੋਈ ਬਹੁਤਾ ਮਾਰ ਨਹੀਂ ਰਹੀ ਮੋਹਾਲੀ ਨੂੰ, ਕਿਤੇ ਇੱਕ ਤਾਂ ਪੰਪ ਖਰਾਬ ਵੀ ਹੋਇਆ ਹੋਣਾ, ਉਹ ਹੋ ਸਕਦਾ ਬਟ ਅੱਗੇ ਵੱਧ ਜਿਹੜਾ ਅਸੀਂ ਉਹਦਾ ਸੁਧਾਰ ਕਰ ਲਾਂਗੇ। ਹਾਂ, ਟਾਈਮ ਫਿਕਸ ਕੀਤਾ ਵੀ ਜਿਹੜਾ ਜਦੋਂ ਅਸੀਂ ਵਰਕ ਆਰਡਰ ਤੋਂ ਬਾਅਦ 1 ਮਹੀਨੇ ਵਿੱਚ ਕੰਮ ਸ਼ੁਰੂ ਕਰੂਗਾ ਔਰ 4 ਮਹੀਨੇ ਦੇ ਵਿੱਚ ਆਪਣਾ ਕੰਮ ਕੰਪਲੀਟ ਕਰੂਗਾ, ਜੇਕਰ ਨਹੀਂ ਕਰਦਾ ਅਸੀਂ ਉਹਨੂੰ ਬਲੈਕਲਿਸਟ ਕਰਾਂ। ਹਾਂ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਬਰਸਾਤੀ ਪਾਣੀ ਦੀ ਗੱਲ ਕਰਦੇ ਹੋ, ਉਹ ਸਰਵੇ ਹੋ ਚੁੱਕਿਆ,
ਉਹਦਾ ਪ੍ਰੋਪਰਲੀ ਪੂਰੀ ਰਿਪੋਰਟ ਹੈਗੀ ਆ, ਉਹ ਅਸੀਂ ਡਿਸਕਸ ਕਰਾਂਗੇ, ਜੋ ਸਾਡੇ ਮਾਹਰ ਬੰਦੇ ਹੈਗੇ ਉਹਨੂੰ ਡਿਸਕਸ ਕਰਨਗੇ, ਔਰ ਉਹ ਤੋਂ ਬਾਅਦ ਉਹਦਾ ਜਿਹੜਾ ਹੱਲ ਹੈਗਾ ਅਸੀਂ ਕਰ ਲਵਾਂਗੇ ਕਿ ਅਸੀਂ ਉਹਦਾ ਕਿੰਨਾ ਖਰਚਾ ਆਏਗਾ, ਕਦੋਂ ਕੰਮ ਸ਼ੁਰੂ ਕਰਨਾ ਹੈਗਾ। ਅਗਲੀ ਮੀਟਿੰਗ ਦੇ ਵਿੱਚ ਅਸੀਂ ਲੈ ਕੇ ਆਵਾਂਗੇ, ਨੈਕਸਟ ਮੀਟਿੰਗ ਹਾਊਸ ਦੀ ਹੋਏਗੀ, ਉਹਦੇ ਵਿੱਚ ਅਸੀਂ ਉਹਦਾ ਹੱਲ ਕਰਕੇ ਲੈ ਜਾਵਾਂਗੇ। ਕਿੰਨਾ ਕੁ ਲੱਗਦਾ, ਕਿੰਨਾ ਖਰਚਾ? ਮੇਰੇ ਖਿਆਲ 50 ਕਰੋੜ ਤੋਂ ਉੱਪਰ ਖਰਚਾ ਹੋਏਗਾ ਇਸ ਤੋਂ ਘੱਟ, ਕਿਉਂਕਿ ਕਈ ਸ਼ੇਪ ਦੇ ਵਿੱਚ ਹੈਗਾ, ਅਸੀਂ ਓਪਨ ਪਾਣੀ ਲੈ ਕੇ ਜਾਣਾ, ਪਾਈਪ ਲਾਈਨ ਰਾਹੀਂ ਲੈ ਕੇ ਜਾਣਾ, ਪੰਪਾਂ ਨਾਲ ਲੈ ਕੇ ਜਾਣਾ, ਕਿਵੇਂ ਲੈ ਕੇ ਜਾਣਾ, ਉਹਦਾ ਉਸ ਹਿਸਾਬ ਨਾਲ ਖਰਚਾ ਪਾਉਣਾ। ਕਈ ਜਗ੍ਹਾ ਤੇ ਸਾਡੇ ਵੀ ਹੱਥ ਬੰਨੇ ਹੁੰਦੇ ਆ, ਜਿਵੇਂ ਕੋਰਟ ਦੀਆਂ ਡਾਇਰੈਕਸ਼ਨਾਂ ਹੈਗੀਆਂ ਨੇ ਕਿ ਤੁਸੀਂ ਕਿਸੇ ਡੋਗ ਨੂੰ ਚੱਕ ਟ੍ਰੀਟਮੈਂਟ ਕਰ ਸਕਦੇ ਹੋ, ਉਹਨੂੰ ਚੱਕ ਕੇ ਤੁਸੀਂ ਸ਼ਿਫਟ ਨਹੀਂ ਕਰ ਸਕਦੇ, ਪਰ ਉਹ ਮੁਸ਼ਕਲ ਜੇ ਕਿਸੇ ਨੂੰ ਵੀ ਯਾਰ ਸਾਨੂੰ ਵੀ ਆਉਂਦੀ ਆ, ਪਰ ਅਸੀਂ ਉਹਦੇ 'ਚ ਹੁਣ ਕੋਰਟ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ, ਜੋ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਉਹਨੂੰ ਹੋਰ ਚੰਗੀ ਤਰ੍ਹਾਂ ਨਿਭਾਵਾਂਗੇ। ਬਿਲਕੁਲ ਜੀ, ਡੇਲੀ ਮੇਰੇ ਖਿਆਲ 10 ਤੋਂ 12 ਅਸੀਂ ਜਿਹੜੇ ਹੈਗੇ ਡੋਗ ਚੱਕਦੇ ਹਾਂ ਅਤੇ ਉਹ ਨਾਲ ਨਾਲ ਕਰ ਰਹੇ ਹਾਂ, ਪਰ ਕਿਤੇ ਕਮੀ ਪੇਸ਼ੀ ਕੋਈ ਰਹੀ ਵੀ ਹੋਣੀ, ਨੁਕਸਾਨ ਹੁੰਦੇ ਆ, ਉਹ ਸਾਰਿਆਂ ਵਾਸਤੇ ਹੈਗਾ, ਪਰ ਉਹ ਕੋਰਟ ਦੀ ਬੰਦਿਸ਼ ਕਰਕੇ ਆ। ਆਪਣੀ ਦੇਖੋ, ਪਹਿਲੀ ਗੱਲ ਤਾਂ ਇਹ ਵੀ ਮੋਹਾਲੀ ਲਈ ਦੁੱਖ ਦੀ ਗੱਲ ਇਹ ਕਿ ਮੋਹਾਲੀ ਦੇ ਮੇਅਰ ਸਾਹਿਬ ਨੂੰ ਪਤਾ ਹੀ ਨਹੀਂ ਹੈਗਾ ਵੀ ਮੇਅਰ ਦੀ ਪਾਵਰ ਕਿਹਦੇ ਕੰਮ ਕੀ ਕਰਨੀ। ਅੱਜ ਜੇ ਦੇਖੋ ਅੰਦਰ ਰਿਕਾਰਡ ਉਹਨਾਂ ਦੇ ਹਾਊਸ 'ਚ ਇਹ ਗੱਲ ਕਹੀ ਹੈ ਕਿ ਮੇਰਾ ਕੰਮ ਤਾਂ ਸਿਰਫ ਮਤੇ ਪਾਸ ਕਰਨਾ, ਕਿ ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਕੰਮ ਮਤੇ ਪਾਸ ਕਰਾਂਗੇ, ਉਹਦੀ ਇੰਪਲੀਮੈਂਟੇਸ਼ਨ ਹੈ, ਉਹਦੇ ਟੈਂਡਰ ਕਰਨੇ, ਵਰਕ ਆਰਡਰ ਇਸ਼ੂ ਕਰਨੇ, ਇਹ ਕੰਮ ਉਹਨਾਂ ਦਾ। ਉਹਨੂੰ ਇਹ ਲੱਗਦਾ ਉਹਨਾਂ ਦਾ ਕੰਮ ਸਿਰਫ ਇਹ ਹੈ ਕਿ ਮੈਂ ਤਾਂ ਮਤੇ ਪਾਸ ਕਰਾਂ ਅਤੇ ਮੇਰਾ ਕੰਮ ਖਤਮ ਹੋਊਗਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਅੱਜ ਮਤਾ ਆਇਆ ਐਡਵਰਟਾਈਜ਼ਮੈਂਟ ਦਾ, ਉਹਦੇ 'ਚ ਇੰਨਾ ਵੱਡਾ ਫਰਕ ਸੀਗਾ ਕਿ ਜਿਹੜੇ ਚੌਂਕ ਸਭ ਤੋਂ ਬਿਜ਼ੀ ਨੇ, ਜਿਹੜੇ ਚੌਂਕ ਸਭ ਤੋਂ ਮਹਿੰਗੇ ਵਿਕਣੇ ਚਾਹੀਦੇ ਨੇ ਸਭ ਤੋਂ ਸਸਤੇ ਗਏ ਨੇ, ਤੇ ਜਿਹੜੇ ਚੌਂਕ ਸ਼ਹਿਰ ਦੇ ਅੰਦਰ ਨੇ ਜਿਹੜੇ ਛੋਟੇ ਨੇ ਉਹ ਸਭ ਤੋਂ ਮਹਿੰਗੇ ਕੀਤੇ ਨੇ, ਇਹ ਸਮਝਨੇ। ਇਸ ਕਰਕੇ ਅਸੀਂ ਮੇਰੇ ਤੁਹਾਨੂੰ ਬੇਨਤੀ ਕੀਤੀ ਇਹਨੂੰ ਰਿਵਾਈਜ਼ ਕੀਤਾ ਜਾਵੇ। ਦੂਸਰਾ ਮੁੱਦਾ ਸੀਗਾ ਜਿਹੜਾ ਪਬਲਿਕ ਟੋਇਲਟ ਦਾ, ਜਿਵੇਂ ਸਿਟੀ ਸਾਹਿਬ ਨੇ ਦੱਸਿਆ ਤੁਹਾਨੂੰ, ਇਹ ਮੁੱਦਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾ ਸਾਡੀ ਸ਼ਹਿਰ ਦੀ ਜਿਹੜੀ ਸੁੰਦਰਤਾ ਵੀ ਉਹਦਾ ਵੀ ਗੱਲ ਹੁੰਦੀ ਅਤੇ ਨਾਲ ਨਾਲ ਲੋਕਾਂ ਦੀ ਸਿਹਤ ਨਾਲ ਵੀ ਇਹ ਜਿਹੜਾ ਹੈਗਾ ਮੁੱਦਾ ਅਟੈਚ। ਇਸ ਕਰਕੇ ਅਸੀਂ ਬੇਨਤੀ ਕੀਤੀ ਉਹ ਐਸੋਸੀਏਸ਼ਨ ਦਿੱਤੀ ਜਾਵੇ। ਨਾਲ ਹੀ ਅਸੀਂ ਇਹ ਗੱਲ ਕਹੀ ਹੈ ਕਿ ਜੋ ਐਡਵਰਟਾਈਜ਼ਮੈਂਟ ਦੇ ਵਿੱਚ ਇੱਕ ਸਕੈਮ ਹੋਇਆ ਅਤੇ ਉਹ ਲਗਾਤਾਰ ਚੱਲਦਾ ਆ ਰਿਹਾ, ਉਹਦੇ ਉੱਤੇ ਫੋਕਸ ਕੀਤਾ ਜਾਵੇ ਅਤੇ ਵਿਜੀਲੈਂਸ ਇਨਕੁਆਇਰੀ ਕਰਾਈ ਜਾਵੇ। ਤੀਜੀ ਗੱਲ ਇਹ ਸੀਗੀ ਵੀ ਬਿਨਾਂ ਹਾਊਸ ਦੀ ਪ੍ਰਵਾਨਗੀ ਤੋਂ ਬਿਨਾਂ ਹਾਊਸ ਨਾਲ ਮਿਲੇ ਗੱਲ ਕਰੇ, ਕਈ ਟੈਂਡਰ ਨੇ ਇਹਨੂੰ 25-25% ਵਧਾ ਕੇ ਦਿੱਤੇ ਹੋਏ, ਉਹ ਮੁੱਦਾ ਸੀ ਰੇਜ਼ ਕੀਤਾ। ਠੀਕ ਹੈ, ਕਿੰਨੀ ਕੁ ਸਫਾਈ ਦਾ ਬੁਰਾ? ਨਹੀਂ, ਕੋਈ ਰਿਸਪਾਂਸ ਨਹੀਂ ਮਿਲਿਆ। ਆ ਬਿਲਕੁਲ ਅੱਜ ਦੀ ਲੇਟੈਸਟ ਫੋਟੋ ਹੈ ਤੇ ਇੰਨਾ ਮਾੜਾ ਹਾਲ ਪੂਰੇ ਸੁਹਾਣੇ ਦਾ, ਇੱਕ ਗੁਰਦੁਆਰਾ ਸਾਹਿਬ ਤੋਂ ਲੈ ਕੇ ਕਿਸੇ ਵੀ ਆਪਾਂ ਲਾਈਟਾਂ ਕੋਲ ਚਲੇ ਜਾਓ, ਸਾਰੇ ਪਾਸੇ ਇਹੀ ਹਾਲ ਹੈ ਤੇ ਆਪਾਂ ਨੂੰ ਕੋਈ ਰਿਸਪਾਂਸ ਨਹੀਂ ਮਿਲਦਾ। ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਹੁਣ ਆਪਾਂ ਨੇ ਇੱਕ ਸਿਸਟਮ ਸ਼ੁਰੂ ਕੀਤਾ ਵੀ ਗਿੱਲਾ ਕੂੜਾ ਸੁੱਕਾ ਕੂੜਾ, ਤੇ ਉਸਦੇ ਲਈ ਜਾਂ ਤਾਂ ਕੋਈ ਇਹ ਪ੍ਰੋਪਰ ਅਰੇਂਜਮੈਂਟ ਕਰਨ, ਕੋਈ ਰੇਹੜੀ ਦੇਣ ਵੀ ਜਿਸ ਤੋਂ ਸੈਪਰੇਟ ਸਟੈਪ, ਖੁਦ ਪੂਰੇ ਸੁਹਾਣੇ ਚ 3 ਰੇੜੀਆਂ, ਉਹ ਕਿੱਥੋਂ ਗਿੱਲਾ ਕੂੜਾ ਸੁੱਕਾ ਕੂੜਾ ਇਕੱਠਾ ਕਰੂੰਗੇ। ਉਸ ਤੋਂ ਬਾਅਦ ਉਹ ਸਾਰਾ ਕੂੜਾ ਇਕੱਠਾ ਕਰਕੇ ਲਿਆਨੇ, ਇੱਕ ਜਗ੍ਹਾ ਢੇਰ ਕਰ ਦਿੰਦੇ, ਉੱਥੇ ਬੈਠ ਕੇ ਉਹ ਸਾਰਾ ਦਿਨ ਉਸਨੂੰ ਅਲੱਗ ਅਲੱਗ ਕਰਨ ਚ ਟਾਈਮ ਲੰਘ ਜਾਂਦਾ, ਤੇ ਇਹਦੇ ਨਾਲ ਕੀ ਹੋ ਰਿਹਾ, ਇੱਕ ਤਾਂ ਉਹਨਾਂ ਦਾ ਟਾਈਮ ਸਾਰਾ ਵੇਸਟ ਹੋ ਰਿਹਾ ਤੇ ਨਾਲੇ ਇਹ ਕਰਨਾ ਬਹੁਤ ਇੰਪੋਸੀਬਲ ਹੈ। ਤੇ ਜੇ ਕੋਈ ਪ੍ਰੋਪਰ ਆਟੋ ਦੇਣ ਜਿਸ 2 ਪਾਰਟੀਸ਼ਨ ਹੋਣ ਤੇ ਗਿੱਲਾ ਅਲੱਗ ਸੁੱਕਾ ਅਲੱਗ, ਤੇ ਪਬਲਿਕ ਨੂੰ ਵੀ ਅਵੇਅਰ ਕਰਨ ਵੀ ਅਲੱਗ ਅਲੱਗ ਕੂੜਾ ਪਾਓ, ਤੇ ਉਹ ਸਾਰੇ ਲਈ ਇਹਦੇ ਲਈ ਸੌਖਾ ਹੈ। ਤੇ ਸਫਾਈ ਦਾ ਤਾਂ ਇੰਨਾ ਮਾੜਾ ਹਾਲ ਹੈ ਵੀ ਜਿਹਨੂੰ ਐਕਸਪਲੇਨ ਕਰਨਾ ਅੱਜ ਦੇ ਟਾਈਮ 'ਚ ਬਹੁਤ ਔਖਾ ਹੈ, ਕਿਉਂਕਿ ਆਪਾਂ ਇੱਕ ਪਾਸੇ ਤਾਂ ਕਹਿ ਰਹੇ ਵੀ ਆਪਾਂ ਬਿਊਟੀਫੁਲ ਸਿਟੀ ਟ੍ਰਾਈ ਸਿਟੀ 'ਚ ਰਹਿ ਰਹੇ ਹਾਂ, ਤੇ ਕੂੜਾ ਜਿੱਥੋਂ ਆਪਾਂ ਸਟਾਰਟ ਹੋ ਜਾਓ ਹਰ ਪਾਸੇ ਮੂੰਹ ਕਰਕੇ ਦੇਖੋ, ਮੋਹਾਲੀ 'ਚ ਬੁਰਾ ਹਾਲ ਹੈ ਕੂੜੇ ਦਾ, ਇੱਕ ਸੁਹਾਣਾ ਕਿ ਪੂਰੇ ਮੋਹਾਲੀ 'ਚ। ਔਰ ਦੂਜਾ, ਮੈਂ ਇੱਕ ਮੀਟਿੰਗ 'ਚ ਅੱਜ ਗੱਲ ਕੀਤੀ ਹੈ ਵੀ ਜਿਹੜਾ ਪਿੰਡਾਂ ਲਈ ਲਾਅ ਅਲੱਗ ਹੋਣਾ ਚਾਹੀਦਾ, ਕਿਉਂਕਿ ਪਿੰਡ ਉਜੜ ਕੇ ਸ਼ਹਿਰ ਬਣਿਆ, ਤਾਂ ਉਹਦੇ ਲਈ ਸਾਨੂੰ ਸਪੈਸ਼ਲ ਬੈਨੀਫਿਟ ਕੀ ਮਿਲ ਰਿਹਾ ਜਦੋਂ ਸਾਡੇ ਪਿੰਡ ਸੁਹਾਣਾ ਹੈ, ਮਟੌਰ ਹੈ,
ਕੁੰਬੜਾ ਹੈ, ਸ਼ਾਹੀ ਮਾਜਰਾ, ਇਹ ਕਾਰਪੋਰੇਸ਼ਨ ਚ ਆਏ ਹੈ ਤੇ ਇਹਦੇ ਲਈ ਸਾਨੂੰ ਕੁਛ ਅਲੱਗ ਤੋਂ ਫੈਸਿਲਿਟੀ ਮਿਲਣੀ ਚਾਹੀਦੀ ਹੈ। ਕੀ ਹੋ ਰਿਹਾ, ਸਿਰਫ ਪ੍ਰੋਪਰਟੀ ਟੈਕਸ ਸਾਡਾ ਸ਼ਹਿਰ ਦੇ ਬਰਾਬਰ ਹੈ, ਜਦੋਂ ਕਿ ਉਹ ਹੋਣਾ ਨੀ ਚਾਹੀਦਾ। ਸ਼ਹਿਰ ਦੇ ਪਿੰਡਾਂ ਲਈ ਡਿਫਰੈਂਟ ਲਾਅ ਹੋਣਾ ਚਾਹੀਦਾ, ਕਿਉਂਕਿ ਜਦੋਂ ਉਹਨਾਂ ਦੀ ਪ੍ਰੋਪਰਟੀ ਦਾ ਰੇਟ ਘੱਟ ਹੈ, ਉਹਨਾਂ ਨੂੰ ਫੈਸਿਲਿਟੀਜ਼ ਘੱਟ ਮਿਲ ਰਹੀ ਹੈ ਤੇ ਉਹਨਾਂ ਦੇ ਲਾਅ ਵੀ ਅਲੱਗ ਅਲੱਗ ਹੋਣੇ ਚਾਹੀਦੇ ਆ। ਅੱਜ ਮੈਂ ਮੇਅਰ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਸੀ, ਪਰ ਉਹਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ। ਉਹਨਾਂ ਨੇ ਕਹਿਤਾ ਲਿਖ ਕੇ ਦੇ ਤੋ ਸੋਚੂਗੇ, ਤਾਂ ਅਸੀਂ ਪਬਲਿਕ ਨੂੰ ਕੀ ਜਵਾਬ ਦਈਏ, ਕਿਉਂਕਿ ਜਵਾਬ ਅਸੀਂ ਦੇਣਾ, ਮੇਅਰ ਸਾਹਿਬ ਤੋਂ ਤਾਂ ਜਵਾਬ ਲੈਣ ਨਹੀਂ ਨਾ ਆਉਣਾ।